ਕਿ ਇੱਥੇ ਆਪਾਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਸਾਹਮਣੇ ਜਿਹੜੇ ਇਕੱਠੇ ਹੋਏ ਹਾਂ ਔਰ ਗੁਰੂ ਰਾਮਦਾਸ ਲੰਗਰ ਜਿਹੜੀ ਸੇਵਾ ਸੁਸਾਇਟੀ ਹੈਗੀ ਇਹਨਾਂ ਦੇ ਵੱਲੋਂ ਪਹਿਲਾਂ ਵੀ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਇੱਕ ਲੰਗਰ ਚਾਲੂ ਕੀਤਾ ਗਿਆ ਸੀ ਜਿਹੜਾ ਕਿ ਬਹੁਤ ਕਾਮਯਾਬ ਹੋਇਆ ਔਰ ਜਿਹੜੇ ਸਾਡੇ ਆਈਸੋਲੇਸ਼ਨ ਸੈਂਟਰ ਦੇ ਵਿੱਚ ਵੀ ਲੋਕ ਦਾਖਲ ਹੋਏ ਉਹਨਾਂ ਨੂੰ ਵੀ ਇਹ ਲੰਗਰ ਦੀ ਸੇਵਾ ਪ੍ਰੋਵਾਈਡ ਕਰ ਰਿਹਾ ਔਰ ਅੱਜ ਜਿਹੜੇ ਕੋਈ ਗਰੀਬ ਹੈਗੇ ਆ ਜੀ ਜਿਨ੍ਹਾਂ ਨੂੰ ਲੋੜ ਹੈ ਔਰ ਰੇਲਵੇ ਸਟੇਸ਼ਨ ਦੇ ਕੋਲ ਇੱਥੇ ਪਾਏ ਜਾਂਦੇ ਸੀਗੇ ਔਰ ਜਿਨ੍ਹਾਂ ਨੂੰ ਖਾਣਾ ਖਾਣ ਦੇ ਵਾਸਤੇ ਦਿੱਕਤ ਆਉਂਦੀ ਸੀ ਉਹਨਾਂ ਦੇ ਲਈ ਇਹ ਲੰਗਰ ਸੇਵਾ ਹੈਗੀ ਹੈ ਜੀ ਇਹ ਵੈਨ ਆ ਕੇ ਇੱਥੇ ਉਹਨਾਂ ਨੂੰ ਤਾਜ਼ਾ ਵਧੀਆ ਖਾਣਾ ਇੱਥੇ ਮੁਹੱਈਆ ਕਰਾਏਗੀ ਔਰ ਇਹ ਇੱਕ ਲਗਾਤਾਰ ਸਰਵਿਸ ਹੈ ਜਿਹੜੀ ਕਿ ਇੱਥੇ ਚੱਲੇਗੀ ਜੀ ਔਰ ਮੈਂ ਜਿੱਥੇ ਗੁਰੂ ਰਾਮਦਾਸ ਲੰਗਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੱਕ ਐਡਾ ਬਹੁਤ ਹੀ ਵਧੀਆ ਹਿਊਮੈਨੀਟੇਰੀਅਨ ਕੌਜ਼ ਦੇ ਲਈ ਇਹ ਕੰਮ ਸ਼ੁਰੂ ਕੀਤਾ ਹੈ। ਅਤੇ ਗੁਰੂ ਰਾਮਦਾਸ ਲੰਗਰ ਸੇਵਾ ਪੂਰੀ ਹੁਸ਼ਿਆਰਪੁਰ ਵਿਖੇ ਫਰਵਰੀ 2019 'ਚ ਸੇਵਾ ਆਰੰਭ ਕੀਤੀ ਸੀ, ਜੋ ਅੱਜ ਤੱਕ ਅਸੀਂ ਕਰੀਬ 25 ਹੋਸਪਿਟਲ ਤਿਆਰ 25 ਹੋਸਪਿਟਲਾਂ ਸੇਵਾ ਚੱਲ ਰਹੀ ਹੈ ਲਗਾਤਾਰ ਜੀ। ਸਾਡੇ ਗੁਰੂ ਰਾਮਦਾਸ ਪਾਤਸ਼ਾਹ ਨੇ ਤਰਸ ਕੀਤਾ ਵਾ, ਮਨ 'ਚ ਆਇਆ ਸੀ ਵੀ ਜਿੱਦਾਂ ਪੰਜਾਬ ਦੇ ਵਿੱਚ ਕਈ ਲੋੜਵੰਦ ਨੇ, ਜਿਸ ਤਰ੍ਹਾਂ ਬੱਸ ਸਟੈਂਡ ਜਾਂ ਕੋਈ ਰੇਲਵੇ ਸਟੇਸ਼ਨ ਆ, ਇਹ ਵੀ ਸੇਵਾ ਅਸੀਂ ਆਰੰਭ ਕੀਤੀ ਅੱਜ ਤੋਂ, ਜੋ ਇੱਥੇ ਸਾਡੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਸੇਵਾ ਆਰੰਭ ਕੀਤੀ ਆ। ਇਹ ਗੱਡੀ ਸਾਡੀ ਡੇਲੀ ਇੱਥੇ ਆਇਆ ਕਰੇਗੀ ਜੀ, ਇਹ ਸਵੇਰੇ 11 ਤੋਂ ਲਾ ਕੇ 1 ਵਜੇ ਤੱਕ ਰੇਲਵੇ ਸਟੇਸ਼ਨ, ਉਸ ਤੋਂ ਬਾਅਦ ਬੱਸ ਸਟੈਂਡ, ਇਸ ਤੋਂ ਇਲਾਵਾ ਹੋਰ ਜਿੱਥੇ ਵੀ ਲੋੜਵੰਦ ਆਪਾਂ ਦੇਖੇਗਾ ਪੁਰਾਣੀ ਲੰਗਰ ਸਕਲ ਲੋੜ ਹੋਏਗੀ, ਉੱਥੇ ਸਾਡੀ ਗੱਡੀ ਰੋਜ਼ਾਨੀ ਸੇਵਾ ਵਾਸਤੇ ਜਾਇਆ ਕਰੇਗੀ ਜੀ।